السلام علیکم آئی سمارے فروری دی چوبی جمع دی سانی دی انتی تی پھگن دی, دی تیرہ تاریخ اے ریٹیو پاکستان ہے رخصانہ میں سرطن خبران سنا پہلا خاص خاص خبران دا خلاصہ وزیراعظم نے عالمی برادری اتے زور دیتا ہے کہ او مقبوضہ کشمیرے چھے امن لی مظلوم کشمیری عورتان دی آواز بنے ਦੀਵਾ ਦੇ ਵਜ਼ੀਰ ਨੇ ਕਿਹਾ ਹੈ ਕਿ ਹਕੂਮਤ ਦੀਆਂ داخਲੀ ਤੇ ਖਾਰਜਾ ਪਾਲਿਸੀਆਂ ਦੀ ਵਜ੍ਹਾ ਤੋਂ ਪਾਕਿਸਤਾਨ ਛੇਤੀ ਫਾਈਨੈਂਸ਼ੀਅਲ ਲੈਕਸ਼ਨ ਟਾਸਕ ਫੋਰਸ ਦੀ ਗ੍ਰੇ ਲਿਸਟ ਵਿੱਚੋਂ ਨਿਕਲ ਆਏਗਾ। ਵਜ਼ੀਰ ਆਲਾ ਨੇ ਕਿਹਾ ਹੈ ਕਿ ਪੰਜਾਬ ਦੀ ਹਕੂਮਤ ਚੋ ਵੀ ਅਰਬ ਰੁਪਏ ਦਾ ਮਿਊਨਿਸਪਲ ਸਰਵਿਸ ਪ੍ਰੋਗਰਾਮ ਸ਼ੁਰੂ ਕਰ ਰਹੀ ਹੈ ਜਿਸ ਦੇ ਨਾਲ ਸੂਬੇ ਦੇ ਲੋਕਾਂ ਨੂੰ ਮੁxtਲਿਫ ਸਹੂਲਤਾਂ ਮਿਲਣਗੀਆਂ। ਪਾਕਿਸਤਾਨ ਸੁਪਰ ਲੀਗ ਦੇ ਚਿਲ ਇਸਲਾਮਾਬਾਦ ਯੂनाइटेड ਨੇ ਲਾਹੌਰ ਕੁਲੰਦਰ ਨੂੰ ਇੱਕ ਵਿਕਟ ਤੋਂ ਹਰਾ ਦਿੱਤਾ ਹੈ। ہن تسی پوری پوریہ خبراں سنو وزیراعظم عمران خان نے عالمی برادری خصوصا عورتاں نوں تاکید کیتی ہے کہ او کشمیر دیاں مظلوم عورتاں تے ظلم دے خلاف آواز چکن ایک ٹویٹ وچ انہوں نے کہیا کہ بھارتی فوجاں مقبوضہ کشمیر دیاں عورتاں دے خلاف 70 سال توں جنگی جرمیں چملافس نے عمران خان نے کہا کہ مودی حکومت نے 5 اگست توں مقبوضہ وادی نوں جیل وچ بدلا ہوئے ہے ਦਿਫਾ ਦੇ ਵਜ਼ੀਰ ਪਰਵੇਸ਼ ਖਟਕ ਨੇ ਕਿਹਾ ਹੈ ਕਿ ਹਕੂਮਤ ਦੇ ਦਾਖਲੀ ਤੇ ਖਾਰਜੀ ਸਤਾ ਉਤੇ ਕਾਰਵਾਈਆਂ ਦੀ وجہ ਤੋਂ ਪਾਕਿਸਤਾਨ ਛੇਤੀ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਗ੍ਰੇ ਲਿਸਟ ਚੋਂ ਨਿਕਲ ਆਏਗਾ ਨੁਸ਼ਹਿਰਾ ਇਹ ਚਿੱਤਰ ਕੀਤੀ ਆਤੀ ਸਕੀਮਾਂ ਦੇ ਇਫਤਤਾਹ ਦੇ ਮੌਕੇ ਉਤੇ ਖਿਤਾਬ ਕਰਦਿਆਂ ਹੋਇਆਂ ਉਹਨਾਂ ਕਿਹਾ ਕਿ ਮੌਜੂਦਾ ਹਕੂਮਤ ਕਰਜ਼ਿਆਂ ਦਾ ਬੋਝ ਮੁਕਾਨ ਲਈ ਕੰਮ ਕਰ ਰਹੀ ਹੈ ਪਰਵੇਸ਼ ਖਟਕ ਨੇ ਕਿਹਾ ਕਿ ਹਕੂਮਤ ਦਾ ਧਿਆਨ ਮਹਿੰਗਾਈ ਬੇਰੋਜ਼ਗਾਰੀ ਤੇ ਗੁਰਬਤ ਦੇ ਖਾਤਮੇ ਉਤੇ ਵੇ ਉਹਨਾਂ ਨੇ ਕਿਹਾ ਕਿ ਅਗਲੇ مالی ਸਾਲ ਇੱਥੇ ਗਰੀਬ ਲੋਕਾਂ ਨੂੰ ਸਿੱਤ ਤਾਲੀਮ ਤੇ ਦੂਜੀਆਂ ਬੁਨਿਆਦੀ ਸਹੂਲਤਾਂ ਦਿੱਤੀਆਂ ਜਾਣਗੀਆਂ। ਮਨਸੂਬਾ ਬੰਦੀ ਦੇ ਵਜ਼ੀਰ ਅਸਦ ਉਮਰ ਨੇ ਕਿਹਾ ਕਿ ਵਿਫਾਕੀ ਹਕੂਮਤ ਕਰਾਚੀ ਸਰਕੂਲਰ ਰੇਲਵੇ ਤੇ ਗ੍ਰੀਨ ਲਾਈਨ ਮਨਸੂਬੇ ਉਤੇ ਕੰਮ ਤੇਜ਼ ਕਰਨ ਲਈ ਹਰ ਸੰਭਵ ਮਦਦ ਕਰ ਰਹੀ ਹੈ ਤਾਂ ਜੋ ਲੋਕਾਂ ਨੂੰ ਸਫ਼ਰ ਦੀਆਂ ਬਿਹਤਰ ਸਹੂਲਤਾਂ ਮਿਲ ਸਕਣ। ਇੱਕ ਨਿੱਜੀ ਨਿਊਜ਼ ਚੈਨਲ ਨਾਲ ਗੱਲਾਂ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਬਲਦੀਆਤੀ ਈਦਾਰੀਆਂ ਨੂੰ ਬਾਇਖਤਿਆਰ ਬਣਾਉਣ ਨਾਲ ਕਰਾਚੀ ਦੇ ਲੋਕਾਂ ਦੇ ਮਸਲੇ ਹੱਲ ਹੋਣਗੇ। ਅਸ਼ਦ ਉਮਰ ਨੇ ਕਿਹਾ ਕਿ ਬਲਦੀਆਤੀ ਨਿਜ਼ਾਮ ਤੇ ਬਲਦੀਆਤੀ ਨੁਮਾਇੰਦਿਆਂ ਦੇ ਸਵੈ ਦਿੱਦੀ ਇਖਤਿਆਰ ਨਾਲ ਕਰਾਚੀ ਦੇ ਬਲਦੀਆਤੀ ادارے ਦਾ ਬੁਨਿਆਦੀ ਢਾਂਚਾ ਬਿਹਤਰ ਹੋ ਜਾਏਗਾ। ਮذਬੀ ਮਾਮਲਿਆਂ ਤੇ ਮذਬੀ ਹਮ ਆਹੰਗੀ ਦੇ وزیر নুরুল হক ਕਾਦਰੀ ਨੇ ਕਿਹਾ ਕਿ ਹਕੂਮਤ ਪਾਕਿਸਤਾਨੀ ਜ਼ਾਇਰਿਨ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ইরਾਨੀ ਹੁਕਾਮ ਨਾਲ ਰਾਪਰੇ ਚੇ ਇੱਕ ਬਿਆਨ ਨਿਚੋਣਾ ਕਿਹਾ ਕਿ ਈਰਾਨ ਤੋਂ ਵਾਪਸ ਆਉਣ ਵਾਲੇ ਜ਼ਾਇਰਿਨ ਦੇ ਮੁਆਇਨੇ ਲਈ ਖੁਸੀਸੀ ਟੀਮ ਤੁਫਤਾਨ ਬਾਰਡਰ ਉਤੇ ਮੌਜੂਦ ਹੈ। ਸੈਦ ਬਾਰੇ وزیراعظم ਦੇ ਖੁਸੀਸੀ ਮੁਮਿੰ ਡਾਕਟਰ ਜ਼ਫਰ ਮਿਰਜ਼ਾ ਨੇ ਕਿਹਾ ਕਿ ਪਾਕਿਸਤਾਨ ਚੀਨ ਦੀ ਹਕੂਮਤ ਦੀ ਇਜਾਜ਼ਤ ਦੇ ਬਗੈਰ ਆਪਣੇ ਸ਼ਹਿਰੀਆਂ ਨੂੰ ਚੀਨੀ ਚੋਨੀ ਘੱਟ ਸਕਦਾ। ਉਹਨਾਂ ਇਹ ਗੱਲ ਇੱਕ ਨਿਜੀ ਨਿਊਜ਼ ਚੈਨਲ ਨਾਲ ਗੱਲਾਂ ਕਰਦੇ ਹੋਏ ਕਿਹਾ ਉਹਨਾਂ ਕਿਹਾ ਕਿ ਚੀਨ ਤੇ ਪਾਕਿਸਤਾਨੀ ਹਕੂਮਤਾਂ ਚੀਨ ਵਿੱਚ ਮੌਜੂਦ ਪਾਕਿਸਤਾਨ ਦੇ ਤਾਲਿਬਾਨ ਦੀ ਦੇਖਭਾਲ ਕਰ ਰਹੀਆਂ ਨੇ ਤੇ ਉਹਨਾਂ ਨੂੰ ਸਾਰੀਆਂ ਸੌਲਤਾਂ ਦੇ ਰਹੀਆਂ ਨੇ ਉਹਨਾਂ ਕਿਹਾ ਕਿ ਦੋਵਾਂ ਦੋਵੇਂ ਹਕੂਮਤਾਂ ਇਸ سلسلے ਵਿੱਚ ਇੱਕ ਦੂਜੇ ਨਾਲ ਰਾਬਤਾ ਇਚ ਨੇ ਡਾਕਟਰ ਜ਼ਫਰ ਮਿਰਜ਼ਾ ਨੇ ਕਿਹਾ ਕਿ ਉਹ ਆਪੇ ਵੀ ਚੀਨ ਵਿੱਚ ਪਾਕਿਸਤਾਨ ਦੇ ਕੁਝ ਤਾਲਿਬਾਨ ਨਾਲ ਉਹਨਾਂ ਰਾਬਤਾ ਰੱਖਿਆ ਹੋਇਆ ਹੈ ਬਲੂਚਿਸਤਾਨ ਦੀ ਹਕੂਮਤ ਨੇ ਈਰਾਨ ਵਿੱਚ ਕੋਰੋਨਾ ਵਾਇਰਸ ਦੀਆਂ ਖਬਰਾਂ ਤੋਂ ਬਾਅਦ ਕਿਸੇ ਨੂੰ ਵੀ ਈਰਾਨ ਨਾਲ ਸਰਹੱਦ ਤੋਂ ਪਾਰ ਜਾਣ ਦੀ ਇਜਾਜ਼ਤ ਨਾ ਦੇਣ ਦਾ ਫੈਸਲਾ ਕੀਤਾ ਹੈ ਇਹ ਗੱਲ ਬਲੂਚਿਸਤਾਨ ਦੇ ਚੀਫ ਸਕਿਉਰਿਟੀ ਫਜ਼ੀਲ ਅਸਕਰ ਨੇ ਕੋਇਟਾ ਵਿੱਚ ਇੱਕ ਇਜਲਾਸ ਦੀ ਸਦਾਰਤ ਕਰਦਿਆਂ ਹੋਇਆ ਕਿ ਇਹ ਚੀਫ ਸਕਿਉਰਿਟੀ ਨੇ ਕਿਹਾ ਕਿ ਤੁਫਤਾਨ ਦੀ ਸਰਹੱਦ ਉਤੇ ਹੈਲਥ ਐਮਰਜੈਂਸੀ ਲਾ ਦਿੱਤੀ ਗਈ ਹੈ ਉਨਾ ਸੂਬਾਈ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੂੰ ਹਦਾਇਤ ਕੀਤੀ ਕਿ tufaan ਦੀ ਸਰਹਦ ਹੁੰਤੇ ਜ਼ਾਹਿਰੀ ਨੁਕਸਾਨ ਪੀਂਦੀਆਂ ਛੇਵਾ ਤੇ ਦਵਾਈਆਂ ਦਿੱਤੀਆਂ ਜਾਣ ਉਧਰ ਕੋਇਟਾ ਵਿੱਚ ਇੱਕ ਅਖਬਾਰੀ ਕਾਨਫਰੰਸ ਨੂੰ ਖਿਤਾਬ ਕਰਦਿਆਂ ਬਲੂਚਿਸਤਾਨ ਹਕੂਮਤ ਦੇ ਤਰਜਮਾਨ ਲਿਆਕਤ ਸ਼ਾਹਵਾਨੀ ਨੇ ਕਿਹਾ ਕਿ ਸੂਬੇ 'ਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਠੋਸ ਕਾਰਵਾਈਆਂ ਕੀਤੀਆਂ ਗਈਆਂ ਨੇ ਇਹ ਖਬਰਾਂ ਤੁਸੀਂ ਰੇਡੀਓ ਪਾਕਿਸਤਾਨ ਤੋਂ ਸੁਣ ਰਹੇ ਹੋ ਪਾਕਿਸਤਾਨੀ ਮਾਦਰੀ ਜ਼ੁਬਾਨਾਂ ਦਾ ਪੰਜਵਾਂ ਅਦਵੀ ਮੇਲਾ ਇਸਲਾਮਾਬਾਦ 'ਚ ਖਤਮ ਹੋ ਗਿਆ ਹੈ ਇਸ ਮੇਲੇ ਦੇ ਮੁxtਲਫ اجلاسਾਂ ਵਿੱਚ ਪਾਕਿਸਤਾਨ ਦੀਆਂ 20 ਜ਼ੁਬਾਨਾਂ ਦੇ 150 ਅਦੀਬਾਂ, ਦਾਨਿਸ਼ਵਰਾਂ, ਫਨਕਾਰਾਂ ਤੇ ਕਾਰਕੁਨਾਂ ਨੇ ਸ਼ਿਰਕਤ ਕੀਤੀ। ਕੌਮੀ ਤਾਰੀਖ ਤੇ ਅਦਬੀ ਵਰਸੇ ਦੇ ਵਿਭਾਗੀ ਵਜ਼ੀਰ ਸ਼ਫਕਤ ਮਹਿਮੂਦ ਨੇ اختتامی تقریب ਨੂੰ ਖਿਤਾਬ ਕਰਦਿਆਂ ਹੋਇਆਂ ਕਿਹਾ ਕਿ "ਛੇਤੀ ਅਸੀਂ ਇਸ ਅਦਬੀ ਮੇਲੇ ਦੀ ਤਰ੍ਹਾਂ ਜ਼ੁਬਾਨਾਂ ਦੀ ਇੱਕ ਕੌਮੀ ਕਾਨਫਰੰਸ ਵੀ ਕਰਾਵਾਂਗੇ।" ਪੰਜਾਬ ਦੇ وزیراعਲਾ ਸਰਦਾਰ ਉਸਮਾਨ ਬੁਜ਼ਾਰ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਸਰਸਬਜ਼ ਇਨਕਲਾਬ ਪੀਟੀਆਈ ਹਕੂਮਤ ਦਾ ਅਹਿਮ ਪ੍ਰੋਗਰਾਮ ਹੈ ਮੀਆਂ ਵਾਲੀ ਦੇ ਇਲਾਕੇ ਕੁੰਗੀਆਂ ਵਿੱਚ ਸ਼ਜਰਕਾਰੀ ਮੁਹਿੰਮ ਦਾ ਇਫਤਤਾਖ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਗਲੇ ਚਮਾ ਸਾਲਾਂ ਵਿੱਚ 36 26 ਅਰਬ ਰੁਪਏ ਨਾਲ 50 ਕਰੋੜ ਬੂਟੇ ਲਾਏ ਜਾਣਗੇ ਉਨ੍ਹਾਂ ਕਿਹਾ ਕਿ ਕੁੰਗੀਆਂ ਦੇ ਜੰਗਲ ਦੀ ਬਹਾਲੀ ਨਾਲ ਜੰਗਲੀ ਹਯਾਤ ਦੇ تحفظ ਮੌਸਮ ਦੀ ਤਬਦੀਲੀ ਤੇ ਨਵੀਆਂ ਮੌਕਾਸਮਤਾ ਦੇ ਮੌਕੇ ਪੈਦਾ ਕਰਨ ਵਿੱਚ ਬੜੀ ਮਦਦ ਮਿਲੇਗੀ ਉਨਾ ਕਿਹਾ ਕਿ ਪੰਜਾਬ ਦੀ ਹਕੂਮਤ ਨੇ 24 ਅਰਬ ਦਾ ਮਿਊਂਸੀਪਲ ਸਰਵਿਸਿਜ਼ ਪ੍ਰੋਗਰਾਮ ਸ਼ੁਰੂ ਕੀਤਾ ਹੈ ਤੇ ਇਸ ਪ੍ਰੋਗਰਾਮ ਦੇ ਤਹਿਤ منتخب ਨੁਮਾਇੰਦੇ ਆਪਣੇ ਇਲਾਕਿਆਂ ਵਿੱਚ ਮੁxtਲਿਫ ਸਹੂਲਤਾਂ ਦੇ ਸਕਣਗੇ ਪੰਜਾਬ ਦੇ ਵਿਜ਼ੀਰਿਆਲਾ ਸਰਦਾਰ ਉਸਮਾਨ ਬੁਸਤਾਰ ਅੱਜ ਗੰਗਾ ਰਾਮ ਹਸਪਤਾਲ ਲਾਹੌਰ ਵਿੱਚ ਜ਼ੱਚਾ ਬੱਚਾ ਹਸਪਤਾਲ ਦੇ ਮਨਸੂਬੇ ਦਾ ਸੰਗੇ ਪੁਨਿਆਦ ਰੱਖਣਗੇ 600 ਬਿਸਤਰਿਆਂ ਦਾ ਇਹ ਹਸਪਤਾਲ 7 ਅਰਬ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਜਾਏਗਾ چار ارب روپے تعمیراتی کام جت کے باقی تین ارب روپے تیبی سامان تی مشینری دی خریداری اتنے خرچ کتے جانگے اس ہسپتال دس منزل تیرہ آپریشن تھیٹرز تے ایک امرجنسی وارڈ ہوا امریکہ دے ممتاز اخبار ڈیلی واشنگٹن پوسٹ نے کہ بھارت چ اظہار رائے دی آزادی خطرے چ کیوں ملک چ بہت زیادہ قوم پرستی پائی جاتی ہے ایک مضمون چ اخبار نے لکھا ہے کہ کئی صحافیوں بی جے پی دی حکومت والوں مشکلات دبا کا سامنا ہے اخبار نے کہا کہ کئی صحافیوں حکومت تو تے تنقید کی وجہ تو سوشل میڈیا اتنے برا پلا کیا جا رہا ہے اخبار نے دوجیاں نو نقبوزہ کشمیر بارے دے موقف دی حمایت کرن کرنے مقبوضہ دی خصوصی حیثیت ختم کرن دے سلسلے میں سوال اٹھان دی وجہ تو تستیفے مجبور کیتا جا رہا ہے اخبار دے مطابق اگلی جڑے ظلم تے زیادتیاں دے خلاف آواز اٹھا رہے نے نو مودی حکومت تمکیاں جا ومکیاں دہی